ਨਹੀਂ ਰੋਮਾਂਟਿਕ ਹੋਣ ਤੇ ਬੰਦੇ ਨੂੰ ਕਿੱਥੇ ਟਾਈਮ ਲੱਗਦਾ ਦਾ ਸੈਕਟਰ 17 ਮੇਰੇ ਪਿਓ ਦਾ ਕਹਿੰਦਾ ਟੂ ਦਾ ਪ੍ਰਿੰਸੀਪਲ ਆਈ ਬੈਕ ਟੂ ਸੇ ਦੈਟ ਮਾਈ ਫਾਦਰ ਇਜ਼ ਪੂਅਰ ਮੈਨ ਆਈ ਲਵ ਯੂ ਜੂਰ ਜੋਵੀਡੈਂਟਲੀ ਪ੍ਰਗਟ ਸਿੰਘ ਕਲਾਸ 10ਵੀਂ ਰੋਲ ਨੰਬਰ 7 ਬੰਦੂਕ ਤਾਂ ਬਹੁਤ ਘੈਂਟ ਚਲਾਈ ਹੈ ਨਾ हाँ बिल्कुल थैंक यू जी वीरे थैंक यू बहुत बहुत धन्यवाद वेरी गुड सही है यही चाहिए सो 15 नवंबर नू अपनी फिल्म आ रही है सैक्टर 17 ते आज टीजर रिलीज हो गया और ट्रेलर भी छेती रिलीज हो जाना थोनू देख के स्वाद आऊगा टीजर तो आ गया टीजर तो जाके देखो सैक्टर 17 मेरे प्यो दा जी 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 नहीं वो वाहेगुरु देखो अपना हुंदा भी आपां हथियार छड़ दे ही दे मैं आपदे मन च कुछ नहीं सोच के जांदा भी मैं आए करना मैं वह करना जो उत्थे गए प्लेन हो के जाइए जो डायरैक्टर लगता जो राइटर लगता वो आपके हिसाब न करा लेंगे उहदे च जरूर इमानदारी तो मेहनत करी दी है भी जो चाहते हैं भी एक बारी नहीं दो बारी नहीं तीन बारी नहीं चाहे 10 बारी हो जो तिकर असी उत्थे पहुँचते नहीं उदों तिकर फिर स्वाद नहीं आता तो आप करते नहीं वह करा लेंदा वाहेगुरु इस बार अंग्रेजी डायलॉग की काफ़ी अंग्रेजी पूरा एक्टिंग एक हजे ये है नहीं गा कहिंदा टू द प्रिंसीपल आई बैग टू से दैट माई फादर इज पुअर मैन आई लव यू जूर जोविडेंटली प्रगट सिंह क्लास 10वीं रोल नंबर 7 बिल्कुल वो मेरे नाल ही हो जाता हुण अरदास वेले साधु ते पम्मे की बहुत लड़ाई होंदी सी हुण प्रगट ते पम्मे की बड़ी होई प्रगट है जड़ा सैक्टर 17 च प्रगट आपदा स्टाइल दिखाओ वो थोनू देखने तो बाद लगूगा पता प्रगट प्रगट हो गया कि नहीं अच्छा विलन तगड़ा होवे ता हीरो होर ज्यादा शाइन करन लग जांदा जी हॉबी तालीबाजी ऑपोजिट कैरेक्टर भाई ता देखो हॉबी भाई मेनू एडे घैंट एक्टर लगदे आ और वो दिखाउंदे भी ਇਹਦੇ 'ਚ ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ ਅਤੇ ਵਿਲਨ ਤਾਂ ਉਹ ਵੱਡੇ ਹੈਗੇ ਹੀ ਆ ਵੈਸੇ ਵੀ ਮੇਰੇ ਤੋਂ ਵੱਡੇ ਆ ਉਮਰ 'ਚ ਵੀ ਅਤੇ ਸਰੀਰਕ ਤੌਰ 'ਤੇ ਵੀ ਵੱਡੇ ਆ बंदूक तो बहुत घैंट चलाई है हाँ बिल्कुल नहीं 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 टाइम नहीं रोमांटिक होने ते बंदे नू कित्थे टाइम लगता नहीं देखो अपना पंजाबी फिल्मां च रोमांस आए तो हुंदा नहीं जिन्ना क हुंदा वो बस गाना गुना जा गा लिया जा इधर उधर तुसीं कर घूम फिर ले हाँ जी हाथ जा फड़ के इधर उधर जा कर ले इन्ना की हुंदा अपना आपां कड़ा हिंदी फिल्मां वांगू जावें करदे वो जिन्ना क जायज आ उन्ना की बस भी गाना गुना गा लिया बस ठीक है माड़ा जा दो स्टैप डांस दे कीते मैं ਇੰਨਾ ਕੀ ਹੈ ਸਰ ਨੇ ਸੱਚੀ ਉਹਦੇ ਤੁਸੀਂ ਪੁੱਛਿਆ ਸੀ ਨਾ ਡਾਂਸ ਵਾਲਾ ਕੁਐਸਚਨ ਸਰ ਨੂੰ ਮੈਂ ਉਦੋਂ ਤੁਹਾਨੂੰ ਕਹਿਣਾ ਸੀ ਇਹਦੇ ਚ ਸਰ ਨੇ ਨਾ ਇੱਕ ਹੁੱਕ ਸਟੈਪ ਕੀਤਾ ਆ ਨੈਕਸਟ ਲੈਵਲ ਸੀਰੀਅਸਲੀ ਤੁਸੀਂ ਗਾਣਾ ਦੇਖੋ ਪੱਕਾ ਦੇਖਿਓ ਬਹੁਤ ਕੈਂਟ ਉਹਦੇ ਚ ਖਤਮ ਕਰਤਾ ਸਰ ਨੇ ਡਾਂਸ ਵਾਲਾ
ਭਾਈ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਜਦੋਂ ਪ੍ਰਿੰਸ ਭਾਈ ਫਿਲਮ ਦੇ ਵਿੱਚ ਹੁੰਦੇ ਆ ਨਾ ਪ੍ਰੋਡਿਊਸਰ ਦੀ ਟੈਂਸ਼ਨ ਘੱਟ ਜਾਂਦੀ ਹੈ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਤੇ ਲੈ ਲੈਂਦੇ ਆ ਮਤਲਬ ਸਟੂਡੀਓ ਲੈ ਕੇ ਹਰ ਇੱਕ ਚੀਜ਼ ਦੇ ਵਿੱਚ ਬੜਾ ਉਹ ਕਰਦੇ ਨੇ ਜ਼ਿੰਮੇਵਾਰੀ ਗੱਲ ਕਰਦੇ ਆ ਹਾਂਜੀ ਕਿੰਨਾ ਐਕਸਪੀਰੀਅੰਸ ਰਿਹਾ ਭਾਈ ਤੁਹਾਨੂੰ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਵੀ ਇਹਨਾਂ ਨੇ ਆਪ ਹੀ ਲਈ ਇਸ ਵਾਰੀ ਪ੍ਰੋਡਿਊਸਰ ਦਾ ਕੋਈ ਕੰਮ ਨਹੀਂ ਸੀ ਭਾਈ ਬਾਈ ਨੇ ਆਪ ਹੀ ਕੀਤਾ ਮੈਂ ਤਾਂ ਮਤਲਬ ਸੈੱਟ 'ਤੇ ਕਦੇ ਆਇਆ ਵੀ ਨਹੀਂ ਡਿਊਰਿੰਗ ਦਾ ਸ਼ੂਟਿੰਗ ਕਿਉਂਕਿ ਇੱਦਾਂ ਹੁੰਦਾ ਕਿ ਇਹ ਸਾਰਾ ਇਹਨਾਂ ਨੂੰ ਪਤਾ ਕਿੱਦਾਂ ਤਾਂ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਵੀ ਬਾਈ ਨੇ ਖੁਦ ਲਿੱਤੀ ਸੀ ਮਤਲਬ ਇਕੱਲਿਆਂ ਨੇ ਮੰਨਣਾ ਅਸੀਂ ਅਸਲ 'ਚ ਰਲ ਕੇ ਜਿਵੇਂ ਮਨੀਸ਼ ਜੀ ਆ ਜਿਵੇਂ ਆਪਾਂ ਕਰਦੇ ਹਾਂ ਪ੍ਰੋਜੈਕਟ ਹੈ ਨਾ ਜਿਵੇਂ ਅਸੀਂ ਸ਼ਿਕਾਰੀ ਕਰਦੇ ਹੁੰਦੇ ਪੰਛੀ ਕਰਦੇ ਹੁੰਦੇ ਵੀ ਉੱਦਾਂ ਦਾ ਉਵੇਂ ਮਾਹੌਲ ਰਿਹਾ ਪਰ ਇਹਦੇ 'ਚ ਤੁਹਾਨੂੰ ਹੋਰ ਮਜ਼ਾ ਆਉਣ ਲੱਗ ਜਾਂਦਾ ਵੀ ਜਦੋਂ ਅਦਿੱਤਿਆ ਬਾਈ ਆਏ ਪ੍ਰੋਡਿਊਸ ਨਾਲ ਅਤੇ ਉਹਦੇ 'ਚ ਜਿੰਨਾ ਬਾਂਸਲ ਸਾਹਿਬ ਨੂੰ ਮੇਰੇ 'ਤੇ ਫੇਥ ਸੀਗਾ ਉਦੋਂ ਉਵੇਂ ਇਹਨਾਂ ਨੇ ਰੱਖਿਆ ਵੀ ਯਾਰ ਠੀਕ ਹੈ ਬਸ ਵਧੀਆ ਔਰ ਇਹ ਜਿਹੜਾ ਫੇਥ ਹੈ ਇਹ ਚੀਜ਼ ਮੈਨੂੰ ਐਂ ਲੱਗਦਾ ਵੀ ਚੀਜ਼ ਠੀਕ ਬਣਾ ਦਿੰਦਾ ਅਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਸਾਡੀਆਂ ਜ਼ਿਆਦਾ ਜਦੋਂ ਪ੍ਰੋਡਿਊਸਰ ਫੇਥ ਕਰਦਾ ਫਿਰ ਤੁਸੀਂ ਬੜੇ ਤਰੀਕੇ ਨਾਲ ਬੜੇ ਉਹਦੇ ਨਾਲ ਫਿਰ ਤੁਸੀਂ ਇੱਕ ਚੀਜ਼ ਬਣਾ ਕੇ ਲੈਣੇ ਆਉਣੇ ਹੁਣ ਤੁਸੀਂ ਦੇਖੋ ਮੈਂ ਤੁਹਾਨੂੰ ਦੱਸਦਾ ਸੈਕਟਰ 17 ਜਿਹੜੀ ਫਿਲਮ ਹੈ ਇਹ 7 ਸਟੇਟਾਂ 'ਚ ਸ਼ੂਟ ਹੋਈ ਵੀ ਹੈ ਔਰ 7 ਸਟੇਟਾਂ 'ਚ ਜਾਣਾ ਅਤੇ ਇਹ ਜਦੋਂ ਤੁਹਾਡੇ ਕੋਲ ਬਜਟ ਠੀਕ ਠਾਕ ਹੈ ਤੁਸੀਂ ਬੜੇ ਠੀਕ ਬਜਟ 'ਚ ਵਧੀਆ ਫਿਲਮ ਬਣਾਉਣੀ ਔਰ ਇਹ ਆਪਣੇ ਮਨੀਸ਼ ਭੱਟ ਜੀ ਦੀ ਕਾਰੀਗਰੀ ਆਪਾਂ ਨੂੰ ਸਾਰਿਆਂ ਨੂੰ ਪਤਾ 7 ਸਟੇਟਾਂ 'ਚ ਸ਼ੂਟ ਕਰਕੇ ਆਏ ਆ ਨੇਪਾਲ ਬਾਰਡਰ 'ਤੇ ਯੂਪੀ ਹਿਮਾਚਲ ਇੱਧਰ ਉੱਧਰ ਪੰਜਾਬ ਰਾਜਸਥਾਨ 7 ਥਾਵਾਂ 'ਤੇ ਹੀ ਸ਼ੂਟ ਕੀਤਾ ਔਰ ਮਨੀਸ਼ ਬਾਈ ਬਹੁਤ ਘੈਂਟ ਲੱਗਦਾ ਮੈਨੂੰ ਬਤੌਰ ਡਾਇਰੈਕਟਰ ਬਸ ਮੈਨੂੰ ਐਂ ਹੁੰਦਾ ਵੀ ਉਹ ਆ ਗਏ ਹੁਣ ਨਹੀਂ ਕੋਈ ਬੋਝ ਵੀ ਹੁਣ ਤਾਂ ਕੁਛ ਅੱਡ ਹੀ ਕਰਾਂਗੇ ਹੁਣ ਤਾਂ ਕੁਛ ਉਵੇਂ ਹੀ ਕਰਾਂਗੇ ਹਜੇ ਤੀਕਰ ਮੇਰਾ ਇਹ ਐਕਸਪੀਰੀਅੰਸ ਚੱਲੀ ਜਾਂਦਾ ਇੱਕ ਦੋ ਚੀਜ਼ਾਂ ਹੋਰ ਹੈਗੀਆਂ ਉਹ ਹਜੇ ਖੋਲਣੀਆਂ ਨਹੀਂ ਉਹ ਲਿਫਾਫੇ ਬੰਦ ਹੈ ਉਹ ਲਿਫਾਫੇ ਨੂੰ ਅਸੀਂ ਆਮ ਤਾਂ ਆਪਾਂ ਊਂ ਥੁੱਕ ਲਾ ਕੇ ਲਿਫਾਫਾ ਬੰਦ ਕਰਦੇ ਹੁੰਦੇ ਸੀ ਉਹਨੂੰ ਗੂੰਦ ਲਾ ਕੇ ਬੰਦ ਕੀਤਾ ਉਹ ਹਜੇ ਠਹਿਰ ਕੇ ਖੋਲਾਂਗੇ ਥੈਂਕ ਯੂ